ਨਾਮ ਆ ਜੀ? ਬਲਵੀਰ ਸਿੰਘ ਜੀ। ਤੇ ਕਿਹੜੇ ਪਿੰਡ ਰਹਿੰਦੇ ਜੀ? ਜਮਸ਼ੇਰ ਚਠਿਆਲ ਜੀ। ਤੇ ਏਰੀਆ ਤੁਹਾਡਾ ਕਿਹੜਾ ਪੈਂਦਾ ਜੀ? ਟਾਂਡਾ ਹਲਕਾ ਜੀ, ਕੰਢੀ ਏਰੀਆ ਜੀ। ਤੇ ਕਿਹਨੂੰ ਵੋਟ ਪਾ ਰਹੇ ਇਸ ਵਾਰ? ਸੰਘਸੇ ਗਿਰਜਿਆਂ ਜੀ। ਵਜ੍ਹਾ ਕੀ ਆ? ਸੰਘਸੇ ਗਿਰਜਿਆਂ ਨੇ ਸਾਡੇ ਬਹੁਤ ਵਿਕਾਸ ਦੇ ਕੰਮ ਜ਼ਿਆਦਾ ਕੀਤੇ, ਇੰਨੇ ਕਿਸੇ ਵੀ MLA ਨੇ ਕੀਤੇ। ਜੋ ਇਹਨੇ ਸੜਕਾਂ ਸਾਡੀਆਂ ਇੰਨੀਆਂ ਰਿਪੇਅਰਾਂ ਕੀਤੀ, ਨਵੀਆਂ ਵੀ ਬਣਾਈਆਂ, ਅਤੇ ਇੰਨਾ ਕਿਸੇ ਵੀ MLA ਕੰਮ ਨਹੀਂ ਕੀਤਾ ਜਿੰਨਾ ਇਹਨਾਂ ਨੇ ਕਰਾਤਾ। ਉਹ ਤਾਂ ਅਕਾਲੀਆਂ ਨੇ ਕੁਛ ਵੀ ਸਾਡਾ ਕੋਈ ਵਿਕਾਸ ਦਾ ਐਡਾ ਕੰਮ ਨਹੀਂ ਕੀਤਾ। ਆਪ ਵਾਲੇ ਦੂਏ ਨੰਬਰ 'ਤੇ ਆਏ ਸੀਗੇ, ਪਰ ਉਹ ਕਦੀ ਦੇਖੇ ਹੀ ਨਹੀਂ। ਜੋ ਪਹਿਲੇ ਇਲੈਕਸ਼ਨ ਹੋਇਆ ਨਾ ਜੀ, ਉਹ ਸੰਘ ਸਿੰਘ ਗਿਰਜਿਆਂ ਤੋਂ ਦੂਏ ਨੰਬਰ 'ਤੇ ਆਇਆ ਸੀ, ਪਰ ਉਹ ਦੁਬਾਰਾ ਦੇਖੇ ਨਹੀਂ, ਕਦੀ ਆਏ ਨਹੀਂ। ਬਿਲਕੁਲ ਸੰਘ ਸਿੰਘ ਗਿਰਜਿਆਂ। ਸੁਖਵਿੰਦਰ ਕੌਰ। ਕਿਹੜਾ ਪਿੰਡ ਆ ਜੀ? ਜਮਸ਼ੇਰ ਸਿਆਲ। ਕਿਹਨੂੰ ਵੋਟ ਪਾ ਰਹੇ ਇਸ ਵਾਰ? ਗਿਰਜੀਏ ਨੂੰ। ਗਿਰਜੀਏ ਸਾਹਿਬ ਨੂੰ ਕਿਉਂ ਵੋਟ ਪਾ ਰਹੇ ਤੁਸੀਂ? ਸਾਡੀ ਵੀ ਸਾਨੂੰ ਕੋਈ ਸਹੂਲਤ ਦੇਗਾ, ਸਾਨੂੰ ਕੋਈ ਨੌਕਰੀ ਦੇਗਾ, ਸਾਡੇ ਵਾਸਤੇ ਕੁਛ ਨਾ ਕੁਛ ਸੋਚਣਗੇ ਚੰਗੀ ਸੋਚ। ਹਾਂਜੀ, ਗਰਾਂਟਾਂ ਦੇ ਗਏ ਸਾਡੇ ਪਿੰਡ 'ਚ, ਵਧੀਆ ਕੰਮ ਕਰਾਇਆ। ਸਰ ਮੇਰਾ ਨਾਮ ਬਲਬੀਰ ਸਿੰਘ ਆ, ਪਿੰਡ ਰਾਜਪੁਰ, ਕੰਢੀ ਏਰੀਆ ਸਰ, ਹਲਕਾ ਟਾਂਡਾ। ਸਰ ਅਸੀਂ ਵੱਧ ਚੜ੍ਹ ਕੇ ਸੰਘ ਸਿੰਘ ਗਿਲ ਜੀਆਂ ਨੂੰ ਵੋਟ ਪਾਵਾਂਗੇ। ਸਰ ਵਜ੍ਹਾ ਇਹ ਆ, ਸਾਡੇ ਹਰਮਨ ਪਿਆਰੇ MLA ਸਾਹਿਬ ਆ, ਕੈਬਨਿਟ ਮੰਤਰੀ ਆ, ਉਹਨਾਂ ਨੇ ਜਿੰਨਾ ਕੰਮ ਕੀਤਾ ਉਹ ਸਾਡੇ ਏਰੀਆ ਬੋਲਦਾ, ਮੂੰਹ ਖੋਲ੍ਹ ਕੇ ਬੋਲੇਗਾ, ਅਤੇ ਸੰਘ ਸਿੰਘ ਗਿਲ ਜੀਆਂ ਨੂੰ ਬਹੁਤ ਵੱਧ ਲੀਡ ਨਾਲ ਜਿਤਾਵਾਂਗੇ। ਸਰ ਉਹ ਤਾਂ ਗਮੀ 'ਚ ਖੁਸ਼ੀ 'ਚ ਜਿਸਲੇ ਯਾਦ ਕਰੀਏ ਉਸੇ ਟਾਈਮ ਸਾਡੇ ਇਹ ਨਗਰ ਵਿੱਚ ਪਹੁੰਚਦੇ ਨੇ। ਹਾਂਜੀ ਸਰ, ਸਾਡੀ ਸਾਰੀ ਪੱਕੀ ਵੋਟ ਹੈ, ਸਾਡੇ ਪੂਰਾ ਪਰਿਵਾਰ, ਸਾਡੇ ਦਾਦੇ ਬਾਬੇ ਸਾਰੇ ਕਾਂਗਰਸੀ ਸੀਗੇ, ਅਤੇ ਅਸੀਂ ਵੀ ਕਾਂਗਰਸੀ ਹਾਂ, ਅਤੇ ਕਾਂਗਰਸ ਨੂੰ ਦਿਲੋਂ ਖੋਲ੍ਹ ਕੇ ਵੋਟਾਂ ਪਾਵਾਂਗੇ ਸੰਘ ਸਿੰਘ ਗਿੱਲ ਜੀਆ ਜੀ ਨੂੰ। ਜਗੀਰ ਸਿੰਘ ਜੀ। ਕਿਹੜਾ ਪਿੰਡ ਆਪਣਾ ਜੀ? ਜਮਸ਼ੇਰ ਚਠਿਆਲ। ਤੇ ਹਲਕਾ ਕਿਹੜਾ ਪਿੰਡ ਹੈ ਜੀ? ਉੜਮੁੜ ਟਾਂਡਾ। ਏਰੀਆ ਕਿਹੜਾ? ਕੰਢੀ। ਕੰਢੀ। ਤੇ ਟਾਡੂ ਤੁਸੀਂ ਕਿਹਨੂੰ ਵੋਟ ਪਾ ਰਹੇ ਹੋ? ਸੰਘ ਸਿੰਘ ਗਿੱਲ ਜੀਆ ਨੂੰ ਜੀ। ਕਿਉਂ ਪਾ ਰਹੇ? ਸਾਡੇ ਹਰਮਨ ਪਿਆਰੇ ਨੇਤਾ ਹੈ ਜੀ, ਉਹ ਸਾਡੇ ਵਿੱਚ ਬਹੁਤ ਹੀ ਆ ਕੇ ਘੁਲਦੇ ਮਿਲਦੇ ਆ, ਵਿਚਰਦੇ ਆ, ਅਤੇ ਸਾਡੀਆਂ ਗੱਲਾਂ ਬਾਤਾਂ ਸੁਣਦੇ ਆ, ਪੂਰੇ ਪਿੰਡ 'ਚ ਕੰਮ ਕਰਾਇਆ ਜੀ, ਕੋਈ ਕਮੀ ਪੇਸ਼ੀ ਨਹੀਂ ਛੱਡੀ ਜੀ, ਕਿਸੇ ਕੋਈ ਕਸਰ ਨਹੀਂ ਛੱਡੀ ਜੀ ਉਹਨੀ। ਆਪ ਵਾਲਿਆਂ ਨੂੰ ਤਾਂ ਨਹੀਂ ਵੋਟ ਪੈਣੀ ਪਿੰਡੋਂ ਸਾਡੇ ਐਤ ਕੀ? ਅਕਾਲੀ ਦਲ ਨੂੰ ਵੀ ਨਹੀਂ। ਅੱਜ ਤੱਕ ਜਿਹੜੇ ਪਿੰਡ 'ਚ ਆ ਕੇ ਬੜੇ ਹੀ ਨਹੀਂ ਜਾਂ ਕੁਛ ਪੁੱਛਿਆ ਹੀ ਨਹੀਂ ਕਿਸੇ ਨੇ, ਉਹਨਾਂ ਨੂੰ ਕਿਹੜੀ ਵੋਟ ਪਾਉਣੀ ਆ? ਪੱਕੀ ਵੋਟ ਆ ਜੀ ਸੰਗਤ ਸਿੰਘ ਗਿੱਲ ਜੀਆਂ ਸਰਦਾਰ ਸਾਹਿਬ ਨੂੰ। ਮੇਰਾ ਨਾਮ ਬਲਕਾਰ ਸਿੰਘ ਆ। ਮੇਰਾ ਹਲਕਾ ਸਾਡਾ ਉੜਮਾ ਟਾਂਡਾ ਹੈ। ਅਸੀਂ ਕਾਂਗਰਸ ਗਿਲਜੀ ਸਾਹਿਬ ਨੂੰ ਵੋਟ ਪਾਉਣੀ ਹੈਗੀ ਆ। ਵਜ੍ਹਾ ਇਹ ਹੈ ਕਿ ਉਹਨਾਂ ਨੇ ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਹੈਗਾ, ਉਹ ਸਾਰੇ ਜੋ ਵੀ ਆਉਂਦਾ ਹੈਗਾ ਉਹ ਦੇਖਦਾ ਹੈਗਾ, ਦੇਖ ਕੇ ਖੁਸ਼ ਹੁੰਦਾ ਹੈਗਾ ਵਿਕਾਸ ਨੂੰ। ਅਸੀਂ ਆਪਣੇ ਪੂਰਾ ਜਿਹੜਾ ਹੈਗੀ ਵੋਟ ਮਨ ਚੜ੍ਹ ਕੇ ਸਾਰੀ ਵੋਟ ਜਿੰਨੀ ਵੀ ਹੈਗੀ ਆ ਪੂਰੇ ਆਪਣੇ, ਇਹ ਨਹੀਂ ਆਪਣੇ ਹਲਕੇ ਦੀ ਜਿਹੜਾ ਇੱਦਾਂ ਕੰਢੀ ਏਰੀਏ ਦੀ ਵੋਟ ਸਾਰੀ ਜਿਹੜੀ ਆ ਗਿਲਜੀ ਸਾਹਿਬ ਨੂੰ ਪਵਾਉਣੀ ਹੈਗੀ ਆ। ਗਿਲਜੀਆ ਸਾਹਿਬ ਆਪਣਾ ਵਿਧਾਨ ਸਭਾ 'ਚੋਂ ਮੈਂਬਰ ਚੁਣ ਕੇ ਅੱਗੇ ਚੰਨੀ ਸਾਹਿਬ ਨੂੰ ਆਪਣਾ ਮੁੱਖ ਮੰਤਰੀ ਬਣਾਉਣ, ਅਤੇ ਉਦੋਂ ਬਾਅਦ 'ਚ ਅਸੀਂ ਕਹਿੰਦੇ ਕਿ ਅੱਗੇ ਕੈਬਨਿਟ ਵਿੱਚ ਜਾਣ, ਉਹ ਤੋਂ ਬਾਅਦ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਹੀ ਆ, ਅਸੀਂ ਆਸ ਰੱਖਦੇ ਹਾਂ ਕਿ ਅਸੀਂ ਵੱਧ ਚੜ੍ਹ ਕੇ ਇਹਨਾਂ ਨੂੰ ਵੋਟਾਂ ਪਾਵਾਂਗੇ, ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਦਿੱਲੀ ਵੀ ਪਜਾਵਾਂਗੇ, ਇਹ ਸਾਡਾ ਵਾਅਦਾ ਹੈਗਾ। ਸਾਡੀ ਪੱਕੀ ਵੋਟ ਸਾਡੇ ਰਿਸ਼ਤੇਦਾਰਾਂ ਦੀ, ਸਾਡੇ ਪਿੰਡ ਦੀ, ਸਾਡੀ ਸਾਰੀ ਪੱਕੀ ਵੋਟ ਇਹਨਾਂ ਨੂੰ ਹੀ ਆ, ਗਿਲਜੀਏ ਸਾਹਿਬ ਨੂੰ ਆ। ਅਸੀਂ ਇਹਨਾਂ ਦੇ ਬਹੁਤ ਸ਼ੁਰੂ ਤੋਂ ਫੈਨ ਹੈਗੇ ਹਾਂ, ਅਤੇ ਵੋਟ ਇਹਨਾਂ ਨੂੰ ਹੀ ਪਾਵਾਂਗੇ। ਹਲਕਾ ਟਾਂਡਾ ਜੀ। ਨਾਮ ਕੀ ਆ? ਬਲਵਿੰਦਰ ਸਿੰਘ ਜੀ। ਕਿਹਨੂੰ ਵੋਟ ਪਾ ਰਹੇ ਜੀ? ਸੰਘ ਸਿੰਘ ਗਿੱਲ ਜੀ ਨੂੰ ਜੀ। ਵਜ੍ਹਾ ਕੀ ਹੋ? ਵਜ੍ਹਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਵਿਕਾਸ ਬਹੁਤ ਕੀਤਾ ਹੋਇਆ, ਹਰ ਗਲੀ ਪੱਕੀ, ਔਰ ਪਿੰਡ ਦੇ ਮੁੰਡੇ ਨੌਜਵਾਨ ਜਿੰਮ ਵਗੈਰਾ ਸਭ ਕੁਝ ਪ੍ਰੋਵਾਈਡ ਕੀਤਾ ਜੀ ਇਹਨਾਂ ਨੇ, ਹੋਰ ਹਰ ਇੱਕ ਸਹੂਲਤ ਆ ਜੀ। ਹੋਰ ਜੀ ਕੰਢੀ ਏਰੀਆ ਜੀ, ਜਮਸ਼ੇਰ ਚਠਿਆਲ ਪਿੰਡ। ਉਹਨਾਂ ਦਾ ਕੋਈ ਵਿਕਾਸ ਨਹੀਂ, ਚਿੱਟਾ ਲਿਆਂਦਾ ਪੰਜਾਬ 'ਚ ਉਹਨਾਂ ਨੇ। ਨੌਜਵਾਨ ਨੂੰ ਵੀ ਪੂਰੀਆਂ ਕਿੱਟਾਂ ਜੀ ਦੇ ਰਹੇ ਆ, ਸਪੋਰਟਸ ਕਿੱਟਾਂ ਜੋ ਵੀ ਚਾਹੀਦੀ ਆ ਬੱਚਿਆਂ ਨੂੰ ਸਭ ਦੇ ਰਹੇ ਆ, ਬਹੁਤ ਵਧੀਆ ਜੀ। ਬਿਲਕੁਲ ਜੀ ਬਿਲਕੁਲ ਆਉਂਦੇ ਜੀ ਬਿਲਕੁਲ। ਮੰਗਤ ਰਾਏ। ਪਿੰਡ ਕਿਹੜਾ ਜੀ? ਜਮਸ਼ੇਰ ਚਠਿਆਲ। ਇਲਾਕਾ ਕੰਢੀ ਹੈ ਤੁਹਾਡਾ? ਹਾਂ ਕੰਢੀ ਇਲਾਕਾ ਜੀ। ਤੇ ਕਿਹਨੂੰ ਵੋਟ ਇਸ ਵਾਰ ਪਾ ਰਹੇ ਜੀ? 3 ਸਾਲ ਹੋ ਗਏ ਜੀ, 2 ਸਾਲ ਬਾਅਦ ਸੰਗਤ ਸੀ ਪਾਈਆਂ ਸੀ, ਐਤਕੀ 20 ਉਹਨਾਂ ਨੂੰ ਪਾਣੀ ਆ।
वजह इदां दा बंदा लभना कितें ईमानदार एकदम वाधू कमी छड्डी कोई नहीं वैसे मेरे तो आज है नहीं कोई बाकी हो गया तो मैं ठीक है उन्होंने हक बनता वोट मंगने जाने सरदार होना वर्गे बंदे नहीं लभने जी बाकी नवे अजमाने पैने ये अजमाए हुआ सरदार संगत सिंह गिल जी हाँ।